टाइम है सिराज का रेलवे स्टेशन को असं आए हैं तो इतने पाँच सत्त बंदे से अठ जने तो इन्होंने मेरे नाल बंदे भी दो तीन जन ने कापे रख ले तो मेरे ना जबर जनाह किया। उस तो बाद मैं जो गई होस्पिटल उन्होंने मैंने बुलाया कि मैडिकल करवाओ, मैडिकल करवा के जी आर पी वालों परचा कट्टिया गया। जी आर पी वालों हुण मेरी कोई कार्रवाई नहीं हो रही किसी पासों की, एस एस पी की भी पेश हुई है उस तो भी कोई मैंने कोई जवाब नहीं मिले किसी चीज़ का। मैनू उल्टा धमकाया जा रहा है भी परचा वापस ले लें नहीं तो तेरे से बहुत माड़ी कार करती जाए जी। ये कदों की वारदात है जी? एक तीन अठ तेई ਤੁਸੀਂ ਪੁਲਿਸ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਦੁਬਾਰਾ ਨਹੀਂ ਮਿਲੇ ਜੀ? ਮਿਲੇ ਸੀ, ਸਾਨੂੰ ਅੱਗੇ ਜਾਣ ਨਹੀਂ ਦਿੱਤਾ ਜਾਂਦਾ ਸੀ, ਰਜਿਸਟਰੀ ਵੀ ਕੀਤੀ ਸੀ ਐਸ ਐਸ ਪੀ ਨੂੰ, ਕੋਈ ਸਾਡੀ ਜਵਾਬੀ ਕਾਰਵਾਈ ਨਹੀਂ ਆਈ ਨਾ ਹੀ ਕੋਈ ਸਾਨੂੰ। ਅੱਗੇ ਸਾਡੇ ਕੋਲ ਇਹ ਸਾਡੀ ਸਰਕਾਰ ਹੈ, ਅਸੀਂ ਤੇਰਾ ਕੁਛ ਵੀ ਨਹੀਂ ਹੋਣ ਦੇਵਾਂਗੇ ਕਿ ਤੇਰਾ ਕੁਛ ਵੀ ਨਹੀਂ ਹੋਊਗਾ, ਪਰਚਾ ਵਾਪਸ ਲੈ ਲੈ, ਨਾ ਲਏਂਗੇ ਤਾਂ ਤੇਰੇ 'ਤੇ ਕਾਰਵਾਈ ਕਿਉਂ ਉਲਟ ਕਰਵਾਈ ਜਾਏਗੀ। ਮੈਨੂੰ ਬਹੁਤ ਧਮਕੀਆਂ ਆ ਰਹੀਆਂ ਨੇ ਕਿ ਚਿੱਟੇ 'ਤੇ ਵੀ ਪਰਚੇ ਤੇਰੇ 'ਤੇ ਪਵਾਏ ਜਾਣਗੇ ਜੇ ਤੂੰ ਪਰਚਾ ਵਾਪਸ ਨਹੀਂ ਕਰਵਾਏਂਗੀ ਤਾਂ। ਇਹ ਸਰਕਾਰ ਵੀ ਸਾਡਾ ਹੈ ਵੀ ਬੜੇ ਪਰੇਸ਼ਾਨ ਮੈਂ ਬਹੁਤ ਜ਼ਿਆਦਾ ਹੈਗੀ ਹਾਂ, ਮੇਰੇ ਕਿਸੇ ਪਾਸੇ ਸੁਣਵਾਈ ਨਹੀਂ ਹੋ ਰਹੀ। ਅੰਡਰ ਬ੍ਰਿਜ ਤੋਂ ਉੱਪਰਲੇ ਪਾਸੇ ਬਣੇ ਕੱਚੇ ਰਸਤੇ ਰੇਲਵੇ ਸਟੇਸ਼ਨ ਤੋਂ ਜੀ, ਇਸੇ ਤਕਰਾਰ ਨੂੰ ਲੈ ਕੇ ਜੀ ਜਿਹੜੇ ਮੁਲਜ਼ਮ ਸਿੰਘ 6-7 ਜਣੇ ਜੀ ਉਹ ਉੱਥੇ ਰੁਕੇ ਹੋਏ ਸੀ, ਨਸ਼ੇ ਨਾਲ ਰੱਜੇ ਸੀਗੇ ਸਰ। ਉਹਨਾਂ ਨੇ ਜਾਂਦੇ ਹੀ ਸਰ ਮੇਰੇ ਮੋਟਰਸਾਈਕਲ ਨੇ ਸਰ ਰੁਕਿਆ, ਉਹਨਾਂ ਨੇ ਮੇਰੇ ਧੌਣ 'ਤੇ ਕਾਪੇ ਰੱਖ ਲਏ ਜੀ। ਉਹ 7-8 ਜਣੇ ਸੀ, ਅਸੀਂ ਦੋਨੇ ਜਣੇ ਸੀਗੇ ਜੀ। ਉਸ ਤਰ੍ਹਾਂ ਕਿ ਮੈਨੂੰ ਕਹਿੰਦੇ ਤੂੰ ਬੋਲੇਗਾ ਤਾਂ ਤੈਨੂੰ ਅਸੀਂ ਇੱਥੋਂ ਜਾਨ ਮਾਰ ਦਾਂਗੇ। ਉਸ ਤੋਂ ਬਾਅਦ ਮੇਰੀ ਮਿਸੀ ਨੂੰ ਬਣੇ ਝਾੜੀਆਂ 'ਚ ਖਿੱਚ ਕੇ ਲੈ ਉੱਥੇ ਜਾ ਕੇ ਉਹਨਾਂ ਨੇ ਜ਼ਬਰਦਸਤੀ ਬਲਾਤਕਾਰ ਕੀਤਾ ਜੀ। ਉਸ ਤੋਂ ਬਾਅਦ ਸਰ ਅਸੀਂ ਗਏ ਹਾਂ ਮੈਡੀਕਲ ਜੀ, ਉੱਥੇ ਆਪਣਾ ਮੈਡੀਕਲ ਕਰਵਾਇਆ ਜੀ ਅਤੇ ਜੀ ਆਰ ਪੀ ਯਾਨੀ ਕਿ ਚੌਂਕੀ 'ਚੋਂ ਪਰਚਾ ਦਰਜ ਹੋਇਆ ਜੀ 4-8 ਨੂੰ ਜੀ। ਉਸ ਦਰਜ ਅੱਜ 1.5 ਮਹੀਨਾ ਤਕਰੀਬਨ ਹੋ ਗਿਆ ਪਰਚਾ ਦਰਜ ਹੋਏ ਨੇ ਜੀ, ਕੋਈ ਪੁਲਿਸ ਕਾਰਵਾਈ ਨਹੀਂ ਹੋਈ, ਕੋਈ ਬੰਦਾ ਅਰੈਸਟ ਨਹੀਂ ਹੋਇਆ ਸਰ। ਜਿਹੜਾ ਦੋਸ਼ੀ ਹੈ ਜੀ ਸ਼ਰਿਆਂ ਬੈਠ ਕੇ ਆਪਣੀ ਦੁਕਾਨ ਚਲਾ ਰਿਹਾ ਜੀ। ਅਸੀਂ ਤਾਂ ਸਰ ਇਹੀ ਕਹਿੰਦੇ ਵੀ ਸਾਡੀ ਰਿਕੁਐਸਟ ਹੈ ਵੀ ਬੰਦੇ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਜਾਣ, ਸਾਨੂੰ ਬਣਦਾ ਇਨਸਾਫ ਦਵਾਇਆ ਜਾਵੇ। ਸਾਨੂੰ ਬੜੀਆਂ ਧਮਕੀਆਂ ਆ ਰਹੀਆਂ ਜੀ ਵੀ ਅਸੀਂ ਉਹ ਕਰ ਦਿਆਂਗੇ, ਅਸੀਂ ਕਰਦੇ, ਸਾਡੀ ਜਾਨ ਮਾਲ ਨੂੰ ਖਤਰਾ ਹੈ ਜੀ। ਸਾਡੇ 'ਤੇ ਕੋਈ ਵੀ ਝੂਠਾ ਮੁਕੱਦਮਾ ਦਰਜ ਕਰਾ ਸਕਦੇ, ਚਿੱਟੇ ਦਾ ਕਰਾ ਸਕਦੇ, ਕੁਛ ਵੀ। ਇਸ ਤੋਂ ਬਾਅਦ ਸਰ ਅਸੀਂ ਇੰਨਾ ਕੋਈ ਕਹਿੰਦੇ ਵੀ